ਨਕਲੀ ਆਬਕਾਰੀ ਨੀਤੀ ਦੇ ਵਿੱਚ ਕਥਿਤ ਘੁਟਾਲੇ ਨਾਲ ਸੰਬੰਧਿਤ ਮਨੀ ਲਾਂਡਰਿੰਗ ਮਾਮਲੇ ਦੇ ਵਿੱਚ ਜੇਲ੍ਹ ਦੇ ਵਿੱਚ ਬੰਦ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਸੁਪਰੀਮ ਕੋਰਟ ਦੇ ਵਿੱਚ ਆਪਣਾ ਜਵਾਬ ਦਾਖਲ ਕਰ ਦਿੱਤਾ ਹੈ। ਈਡੀ ਦੇ ਇਲਜ਼ਾਮਾਂ 'ਤੇ ਕੇਜਰੀਵਾਲ ਨੇ ਕਿਹਾ ਕਿ ਜਾਂਚ ਏਜੰਸੀ ਦੇ ਚਾਰੇ ਗਵਾਹ ਬੀਜੇਪੀ ਨਾਲ ਸੰਬੰਧਿਤ ਨੇ। ਇਹਨਾਂ ਦੇ ਬਿਆਨਾਂ ਦੇ ਆਧਾਰ 'ਤੇ ਹੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਸੀ। ਕੇਜਰੀਵਾਲ ਨੇ ਆਪਣੇ ਜਵਾਬ ਦੇ ਵਿੱਚ ਕਿਹਾ ਕਿ ਸ਼ਰਾਬ ਘੁਟਾਲੇ 'ਚ ਬੀਜੇਪੀ ਨੂੰ 60 ਕਰੋੜ ਰੁਪਏ ਦਾ ਦਾਨ ਦੇਣ ਵਾਲੇ ਸਰਥ ਰੈਡੀ, ਭਾਜਪਾ ਗੋਆ ਦੇ ਸੀਨੀਅਰ ਨੇਤਾ ਅਤੇ ਪ੍ਰਮੋਦ ਸਾਵੰਤ ਦੇ ਕਰੀਬੀ, ਸੱਤਿਆ ਵਿਜੇ ਅਤੇ ਗੋਆ ਮੁੱਖ ਮੰਤਰੀ ਦੇ ਕਰੀਬੀ ਅਤੇ ਉਹਨਾਂ ਦੇ ਪ੍ਰਚਾਰ ਪ੍ਰਬੰਧ ਦੇ ਬਿਆਨ ਦੇ ਆਧਾਰ 'ਤੇ ਮੈਨੂੰ ਗ੍ਰਿਫਤਾਰ ਕੀਤਾ ਗਿਆ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਕਿਹਾ ਕਿ ਹਵਾਲਾ ਏਜੰਟ ਤੋਂ ਗੁਜਰਾਤੀ ਦੇ ਵਿੱਚ ਲਿਖੀ ਇੱਕ ਡਾਇਰੀ ਮਿਲੀ ਹੈ। ਬੀਜੇਪੀ ਨੇ ਆਪਣੇ ਹਿਸਾਬ ਦੇ ਨਾਲ ਸਬੂਤ ਤਿਆਰ ਕੀਤੇ ਅਤੇ ਪੇਸ਼ ਕੀਤੇ। ਇਸ ਤੋਂ ਪਹਿਲਾਂ ਈਡੀ ਨੇ ਸੁਪਰੀਮ ਕੋਰਟ ਦੇ ਵਿੱਚ ਕੇਜਰੀਵਾਲ ਦੀ ਪਟੀਸ਼ਨ 'ਤੇ ਜਵਾਬ ਦਾਖਲ ਕੀਤਾ ਸੀ। ਈਡੀ ਨੇ ਦਾਅਵਾ ਕੀਤਾ ਸੀ ਕਿ ਦਿੱਲੀ ਦੇ ਮੁੱਖ ਮੰਤਰੀ ਕੇਜਰੀਵਾਲ ਆਬਕਾਰੀ ਨੀਤੀ ਘੁਟਾਲੇ ਦੇ ਮੁੱਖ ਸਾਜਿਸ਼ਕਰਤਾ ਨੇ ਅਤੇ ਤੱਥ ਆਧਾਰਿਤ ਅਪਰਾਧ ਦੇ ਲਈ ਕਿਸੇ ਦੀ ਗ੍ਰਿਫਤਾਰੀ ਆਜ਼ਾਦ ਅਤੇ ਨਿਰਪੱਖ ਚੋਣਾਂ ਦੀ ਧਾਰਨਾ ਦੀ ਉਲੰਘਣਾ ਨਹੀਂ ਕਰ ਸਕਦੀ। ਪੰਜਾਬ ਵਿੱਚ NSUI ਮੀਤ ਪ੍ਰਧਾਨ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋ ਗਿਆ। ਰਾਹੁਲ ਸ਼ਰਮਾ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਆਮ ਆਦਮੀ ਪਾਰਟੀ 'ਚ ਸ਼ਾਮਲ ਕਰਵਾਇਆ। ਰਾਹੁਲ ਗੁਰਦਾਸਪੁਰ ਹਲਕੇ ਤੋਂ ਨੇ। ਉੱਧਰ ਅੱਜ ਮੁੱਖ ਮੰਤਰੀ ਭਗਵੰਤ ਮਾਨ ਫਿਰੋਜ਼ਪੁਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਕਰਮਜੀਤ ਸਿੰਘ ਅਨਮੋਲ ਦੇ ਹੱਕ ਦੇ ਵਿੱਚ ਰੋਡ ਸ਼ੋਅ ਕਰਨ ਦੇ ਲਈ ਪਹੁੰਚਦੇ ਨੇ। ਇਹ ਰੋਡ ਸ਼ੋਅ ਨਾਮਦੇਵ ਚੌਂਕ ਤੋਂ ਮਾਡਲ ਟਾਊਨ ਤੱਕ ਕੱਢਿਆ ਗਿਆ। ਇਸ ਦੌਰਾਨ ਮੁੱਖ ਮੰਤਰੀ ਭਗਵੰਤ ਮਾਨ ਨੇ ਆਪਣੀ ਸਰਕਾਰ ਵੱਲੋਂ 2 ਸਾਲ ਦੇ ਕੀਤੇ ਕੰਮ ਗਣਵਾਉਣ ਅਤੇ ਕੇਂਦਰ ਸਰਕਾਰ ਦੇ ਨਾਲ ਸੂਬੇ ਦੀ ਵਿਰੋਧੀ ਪਾਰਟੀਆਂ ਨੂੰ ਵੀ ਘੇਰਿਆ। ਇਸ ਮੌਕੇ ਆਪ ਦੇ ਉਮੀਦਵਾਰ ਜਗਦੀਪ ਸਿੰਘ ਕਾਕਾ ਬਰਾੜ ਵੀ ਮੌਜੂਦ ਰਹੇ। ਇਹਨਾਂ ਗੱਲਾਂ 'ਚ ਤਾਂ ਆਪਾਂ ਨੇ ਸਾਰਿਆਂ ਨੂੰ ਤਰੱਕੀ ਕਰਾਉਣੀ ਹੈ। ਅਸੀਂ ਆਪਣੀਆਂ ਈਦਾਂ, ਅਸੀਂ ਆਪਣੀਆਂ ਸੰਗਰਾਂਦਾਂ, ਅਸੀਂ ਆਪਣੀਆਂ ਰਾਮਨੌਮੀਆਂ, ਅਸੀਂ ਆਪਣੀਆਂ ਹਨੂੰਮਾਨ ਜਯੰਤੀਆਂ, ਅਸੀਂ ਆਪਣੇ ਗੁਰਪੁਰਬ, ਅਸੀਂ ਆਪਣੀ ਜਿਹੜੇ ਕ੍ਰਿਸਮਸ ਦੇ ਤਿਉਹਾਰ ਨੇ ਸਾਰੇ ਇਕੱਠੇ ਮਨਾਉਣੇ ਆ ਜੀ। ਅਸੀਂ ਸਾਡਾ ਭਾਈਚਾਰੇ 'ਚ ਕੋਈ ਤੋੜ ਨਹੀਂ ਪਾ ਸਕਦਾ, ਕੋਈ ਤਰੇੜ ਨਹੀਂ ਪਾ ਸਕਦਾ। ਸੋ ਇਸ ਕਰਕੇ ਮੈਂ ਤੁਹਾਡੇ ਕੋਲ ਆਇਆ। ਮੈਂ ਤਾਂ ਲੜੀ ਜਾਂਦਾ, ਮੈਂ ਤਾਂ ਕਦੇ ਸੁਪਰੀਮ ਕੋਰਟ 'ਚ ਜਾਣਾ ਪੈਂਦਾ, ਅਰਵਿੰਦ ਕੇਜਰੀਵਾਲ ਜੀ ਨੂੰ ਜੇਲ੍ਹ 'ਚ ਕਰਤਾ, ਮੇਰੀ ਜ਼ਿੰਮੇਵਾਰੀਆਂ ਹੋਰ ਵੱਧ ਗਈਆਂ, ਮੈਨੂੰ ਜਾਣਾ ਪੈਂਦਾ, ਗੁਜਰਾਤ ਵੀ ਜਾਊਂਗਾ, ਦਿੱਲੀ ਵੀ ਜਾਊਂਗਾ, ਆਸਾਮ ਵੀ ਜਾ ਕੇ ਆਇਆ, ਤੇ ਮੈਂ ਤਾਂ ਗਵਰਨਰ ਨਾਲ ਵੀ ਮੈਨੂੰ ਲੜਨਾ ਪੈਂਦਾ, ਬੀਜੇਪੀ ਨਾਲ ਵੀ ਮੈਨੂੰ ਲੜਨਾ ਪੈਂਦਾ। ਮੈਂ ਕੋਈ ਲੜਾਈ ਤੋਂ ਭੱਜਦਾ ਨਹੀਂ, ਪਰ ਮੈਂ ਇੱਕ ਬੇਨਤੀ ਕਰਨ ਆਇਆ, ਜੇ ਕਿਤੇ ਤੁਸੀਂ ਮੈਨੂੰ 13 ਬਾਹਾਂ ਹੋਰ ਦੇ ਦਿਓ ਪੰਜਾਬ 'ਚੋਂ, ਜਿਹੜੀਆਂ ਮੁੱਠੀ ਫੜ ਕੇ ਇਨਕਲਾਬ ਦਾ ਜਿੰਦਾ ਜਿੰਦਾਬਾਦ ਦਾ ਨਾਰਾ ਫੜ ਕੇ ਪਾਰਟੀ ਪਾਰਲੀਮੈਂਟ 'ਚ ਐਦਾਂ ਜਦੋਂ ਗੂੰਜਣ, ਤੇ 13 ਜ਼ਬਾਨਾਂ ਹੋਰ ਦੇ ਦਿਓ ਜਿਹੜੀਆਂ ਇਨਕਲਾਬ ਜਿੰਦਾਬਾਦ ਦਾ ਨਾਰਾ ਲਾਵੇ। ਮਜ਼ਾ ਲੈ, ਕੋਈ 1 ਰੁਪਈਏ ਦਾ ਹੱਕ ਵੀ ਪੰਜਾਬ ਦਾ ਰੋਕ ਕੇ ਦਿਖਾ ਦੇ, ਸੈਂਟਰ ਜਿਹੜਾ ਮਰਜ਼ੀ ਸੈਂਟਰ ਹੋਵੇ। ਔਰ ਜਿਹੜੀਆਂ ਵੋਟਾਂ ਆਈਆਂ ਨੇ ਹੁਣ ਦੋ ਦੌਰ ਦੀਆਂ ਵੋਟਾਂ ਪੈ ਗਈਆਂ, ਯਾਨੀ ਕਿ ਲਗਭਗ 190 ਤੋਂ ਉੱਪਰ ਸੀਟਾਂ ਤੇ ਵੋਟਾਂ ਪੈ ਗਈਆਂ। ਜਿਹੜੀਆਂ ਅੰਦਲੀਆਂ ਰਿਪੋਰਟਾਂ ਨੇ ਉਹ ਮੋਦੀ ਦੇ ਭਾਸ਼ਣ ਚੋਂ ਚਰਕਦੀਆਂ ਨੇ। ਹੁਣ ਕਹਿਣ ਲੱਗ ਗਏ ਨਾ ਸਥਿਰ ਸਰਕਾਰ। ਇਸ ਤੋਂ ਪਹਿਲਾਂ ਮੁੱਖ ਮੰਤਰੀ ਭਗਵੰਤ ਮਾਨ ਨੇ ਬੀਤੇ ਦਿਨ ਖਡੂਰ ਸਾਹਿਬ ਦੇ ਵਿੱਚ ਰੈਲੀ ਕੀਤੀ ਸੀ, ਜਦਕਿ ਜਲੰਧਰ ਦੇ ਵਿੱਚ ਪਾਰਟੀ ਦੇ ਉਮੀਦਵਾਰ ਦੇ ਹੱਕ 'ਚ ਰੋਡ ਸ਼ੋਅ ਵੀ ਕੀਤਾ ਸੀ। ਖਡੂਰ ਸਾਹਿਬ ਦੇ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਨੇ ਲਾਲਜੀਤ ਸਿੰਘ ਭੁੱਲਰ ਦੇ ਹੱਕ 'ਚ ਪ੍ਰਚਾਰ ਕਰਦੇ ਹੋਏ ਰਾਮਗੜੀਆਂ ਭਾਈਚਾਰੇ ਦੇ ਕੋਲੋਂ ਮਾਫ਼ੀ ਮੰਗੀ ਸੀ। ਉਹਨਾਂ ਨੇ ਕਿਹਾ ਸੀ ਕਿ ਸਾਡੀ ਪਾਰਟੀ ਸਾਰੇ ਭਾਈਚਾਰੇ ਦਾ ਸਤਿਕਾਰ ਕਰਦੀ ਹੈ। ਲਾਲਜੀਤ ਸਿੰਘ ਭੁੱਲਰ ਵੀ ਮਾਫ਼ੀ ਮੰਗ ਚੁੱਕੇ ਨੇ।